ਬੀਬੀ ਜੇ ਉਹਨਾਂ ਹੋਸ਼ ਉਹਨਾਂ ਹੋਸ਼ ਫੜ ਲਈ ਫਿਰ ਤੇਰੇ ਕੋਲ ਨਹੀਂ ਫੜੀ ਜਾਣੀ। ਹਾਂ ਕਿੱਧਰ ਆਈ ਏ? ਗੱਲ ਸੁਣਾ। ਹਾਂ ਗੜਵੀ ਬਚਾਵਾਂ ਤੇ ਕਿਸੇ ਦੇ ਹੱਥ ਨਾ ਆਵਾਂ। ਮੈਂ ਗੜਵੀ ਬਚਾਵਾਂ ਤੇ ਹੱਥ ਵੀ ਨਾ ਲਾਵਾਂ। ਉਹ ਤੂੰ ਕਿਤੇ ਮੂੰਹ ਨਾਲ ਤੇ ਨਹੀਂ ਬਚਾਉਂਦਾ ਹੋਵੇ? ਸਾਜੀ ਹਾਂਜੀ, ਇਹ ਥਾਣਾ ਹੈ ਕਿ ਰੈਂਟ ਮਸਤਰਾ ਤੇ ਕੁੜੀ ਤੇ ਕੁੜੀ ਵੱਜ ਰਹੀ ਹੈ। ਤੂੰ ਘਰ ਦਾ ਕੁੰਡੀ ਲਾ ਕੇ ਰੱਖ। ਜਿਹੜੀਆਂ ਅੱਡੀਆਂ ਹੁੰਦੀਆਂ ਪਾਰਟੀਆਂ ਹੀ ਹੁੰਦੀਆਂ ਜੀ। ਗੱਲ ਸੁਣਾ ਸਾਹਿਬ ਜੀ, ਗੱਲ ਸੁਣਾ ਸਾਹਿਬ ਜੀ, ਸਾਹਿਬ ਜੀ ਨਾ ਚੰਗੀ ਪਤਾ ਹੋਵੇ ਕਿ ਇੰਨਾ ਵਰਦੀ ਪਾਈ ਸਿਆਲਕੋਟੀ ਬਜਾ ਗਏ ਐ ਗੁਜਰਾਲ ਵਾਲਿਆਂ ਨੇ, ਐ ਗੁਜਰਾਤ ਵਾਲਿਆਂ ਨੇ, ਐ ਜੇਲਮ ਵਾਲਿਆਂ ਨੇ। ਬੀਬੀ ਬਹੁਤ ਬੁਰੀ ਹੋਈ ਹੈ। ਤੇ ਕਿੰਨੇ ਦੀ ਗੜਵੀ ਬਜਾਉਣ ਦੇ ਕਿੰਨੇ ਪੈਸੇ? 500 ਬਸ ਸਾਹਿਬ ਜੀ, ਬਾਈਪਾਸ ਤੇ ਟਰਾਲੀ ਉਲਟੀ ਆਪਣੀ ਪਛਾਣ ਕੇ ਵੀ ਲੈ ਆਓ। ਨਮਕੀਨ ਕਿਹੜਾ ਮੱਖਣ ਹੁੰਦਾ ਤੇ ਪੈਸੇ ਚਾਹੀਦੇ। 31 ਤਰੀਕ ਨੂੰ ਸਾਨੂੰ ਤਨਖਾਹ ਮਿਲਣੀ ਹੈ ਤੇ ਅਸੀਂ ਤੈਨੂੰ ਪੈਸੇ ਪਾ ਕੇ ਦੇ ਦਿਆਂ। ਉਹ ਨਹੀਂ ਅਫਸਰੋ, ਥਾਣੇ ਚੋਂ ਖਾਲੀ ਹੱਥ ਨਹੀਂ ਜਾਣੀ ਚਾਹੀਦੀ। ਹਾਏ ਆਸ਼ਕਾ, ਕੀ ਆਖਾਂ ਸਰਕਾਰ, ਕੋਈ ਅੰਦਰੋਂ ਹੱਥ ਕੜੀ ਵੇਚ ਕੇ ਪੈਸੇ ਦੇ। ਅੱਛਾ ਜੀ, ਉਹ ਲਾਸ਼ ਕਿਉਂ ਮੈਨੂੰ ਕਢਾਊ? ਉਹ ਸਰਕਾਰੀ ਸੇਵਾ ਵੇਚ ਰਹੇ ਹੋ ਬੇਵਕੂਫਾ। ਸਭ ਤੋਂ ਵੱਡੀ ਗੱਲ ਇਹ ਵੀ ਉਹਨੇ ਹੱਸਣ ਵਾਲਾ ਨਾਂ ਰੱਖੇ ਹੈ, ਘਰ ਬੰਦਾ ਵੜ ਗਿਆ। ਅੱਬਾ ਜੀ ਦਾ ਐਕਸੀਡੈਂਟ ਹੋ ਗਿਆ, ਫੌਤ ਹੋ ਗਏ, ਕੁਛ ਖਾਣਾ ਪੀਣਾ ਹੀ। ਫੈਲ ਗਈ।
ਵੀ ਠੀਕ ਹੈ। ਇੱਕ ਵਾਰੀ ਹਾ ਹਾ ਕਰੀ ਕਿੰਨਾ ਫਸਿਆ ਤੂੰ ਹੈ। ਚੱਲ ਨਹੀਂ ਤੁਸੀਂ ਜਾਓ ਜੀ। ਹਾਂ ਜੀ ਫੇਰ ਸਹੀ। ਅਗਲੇ ਮਹੀਨੇ ਦੀ 31 ਤਰੀਕ ਨੂੰ ਮੈਂ ਕੰਮ ਤੇ ਜਾਣਾ ਹੈ। ਹੈਂ ਕੰਮ ਤੇ ਜਾਣਾ ਮੈਂ। ਕੋਈ ਗੱਲ ਨਹੀਂ ਕੰਮ ਤੋਂ ਵਾਪਸ ਆ ਕੇ ਆਈਏ। ਤੂੰ ਵਰਦੀ ਨਾ ਪਾਈ ਹੁੰਦੀ ਮੈਂ ਤੇਰੀ ਭੈਣ ਕੱਢ ਲੈਣੀ ਸੀ। ਸਾਨੂੰ ਕਹਿ ਰਹੀ ਅਸੀਂ ਪਾਈ ਹੈ ਨਾ ਅਸੀਂ ਤੇਰੀ ਕੱਢ ਲੈਣੀ। ਕੋਈ ਇੱਥੇ ਹੀ ਪੁਲਿਸ ਵਾਲੇ ਨੇ ਅੱਛਾ ਸਾਹਿਬ ਜੀ ਬਨੈਣ ਵੀ ਲਾਏ ਛੁੱਟੀ ਲੈ ਜਾ ਇੱਥੇ ਨਾ ਸਾਨੂੰ ਕਾਲਾ ਕਰਦਾ ਜੀ ਮਾਰ ਓਏ ਹੋਰ। ਅੱਛਾ ਫਿਰ